ਭਾਈ ਲੋਕ ਸਭਾ ਦੇ ਵਿੱਚ ਮੁੱਦਾ ਚੁੱਕਿਆ ਗਿਆ ਸਿੱਧੂ ਮੂਸੇਵਾਲੇ ਦਾ, ਕਿਵੇਂ ਦੇਖੋ? ਵਧੀਆ ਗੱਲ ਹੈ, ਸਭ ਮਨ ਨੂੰ ਸਕੂਨ ਮਿਲੇ ਵੀ ਘੱਟੋ ਘੱਟ ਕਿਸੇ ਨੇ ਗੱਲ ਤਾਂ ਕੀਤੀ, ਕਿਉਂਕਿ ਹੁਣ ਤੱਕ ਤਾਂ ਕੋਈ ਇਸ ਮੁੱਦੇ ਨੂੰ ਨੱਪਣ ਦੇ ਬਾਰੇ ਲੱਗੇ ਹੋਏ ਸੀ ਸਾਰੇ। ਇਹਦੀ ਗੱਲ ਨਾ ਕੀਤੀ ਜਾਵੇ, ਇਹਨੂੰ ਦਬਾ ਦਿੱਤਾ ਜਾਵੇ, ਪੁਲਿਸ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ, ਤਾਂ ਜਿਹੜਾ ਜਸਟਿਸ ਹੈ ਉਹ ਹਾਲੇ ਤੱਕ ਅਸੀਂ ਚਾਰਜ ਫਰੇਮ ਕਰਾਉਣ 'ਚ ਸਫਲ ਹੋਏ ਹਾਂ 2 ਸਾਲਾਂ ਦੇ ਵਿੱਚ, ਤਾਂ ਅਦਾਲਤਾਂ ਦੇ ਵਿੱਚ ਵੀ ਰੁਕਾਵਟਾਂ ਖੜੀਆਂ ਹੋ ਰਹੀਆਂ ਨੇ। ਤਾਂ ਜਿੱਥੇ ਮੈਨੂੰ ਕੇਂਦਰ ਤੋਂ ਸ਼ਿਕਾਇਤਾਂ ਸੀਗੀਆਂ ਇਸ ਗੱਲ ਦੀਆਂ, ਕਿਉਂਕਿ ਇੱਕ ਪੀੜਿਤ ਵਿਅਕਤੀ ਉਲਾਂਭਾ ਹੀ ਦੇ ਸਕਦਾ ਗੌਰਮੈਂਟ ਨੂੰ, ਔਰ ਜਿਸ ਤਰ੍ਹਾਂ ਦੀਆਂ ਹਰਕਤਾਂ ਇਹ ਸਰਕਾਰ ਨੇ ਨਫ਼ਰਤ ਵਾਲੀ ਰਾਜਨੀਤੀ ਕੀਤੀ ਹੈ, ਉਹ ਤੋਂ ਮੈਂ ਇੱਕ ਸਾਬਕਾ ਫੌਜੀ ਹੋਣ ਦੇ ਨਾਤੇ, ਇੱਕ ਦੇਸ਼ ਦਾ ਇੱਜ਼ਤਦਾਰ ਸ਼ਰੀਫ ਨਾਗਰਿਕ ਹੋਣ ਦੇ ਨਾਤੇ ਮੈਨੂੰ ਦੁੱਖ ਹੋਇਆ ਇਸ ਗੱਲ ਦੇ ਉੱਤੇ ਵੀ ਕਿਉਂ ਤੁਸੀਂ ਅੱਜ ਤੱਕ ਉਹ ਨੋਟਿਸ ਬਦਮਾਸ਼ਾਂ ਨੂੰ ਤਾਂ ਨਹੀਂ ਜਾਰੀ ਕੀਤੇ, ਪਰੰਤੂ ਤੁਸੀਂ ਤਾਂ ਮੇਰੇ ਨਵੇਂ ਜੰਮੇ ਬੱਚੇ ਨੂੰ ਵੀ ਨੋਟਿਸ ਕੱਟਣ ਲੱਗ ਗਏ ਵੀ ਇੰਨੀ ਨਫ਼ਰਤ ਸਾਡੇ ਨਾਲ ਕਿਉਂ ਕਰਦੇ ਹੋ, ਅਸੀਂ ਕੀ ਗਲਤ ਕਰ ਰਹੇ ਹਾਂ? ਮੈਂ ਆਪਣੇ ਸਾਰੇ ਭਰਾਵਾਂ ਨੂੰ, ਆਪਣੀ ਕਮਿਊਨਿਟੀ ਨੂੰ ਇਹ ਗੱਲ ਦੱਸਣੀ ਚਾਹੁੰਦਾ ਵੀ ਅਸੀਂ ਕਿੱਥੇ ਗਲਤ ਹਾਂ, ਤੁਸੀਂ ਇੰਨੀ ਨਫ਼ਰਤ ਦੀ ਰਾਜਨੀਤੀ ਕਿਉਂ ਕਰਦੇ ਹੋ? ਰਾਜ ਕਰੋ, ਜੰਮ ਜੰਮ ਕੇ ਕਰੋ, ਅਸੀਂ ਕਿਹੜਾ ਤੁਹਾਡੀ ਜਗ੍ਹਾ ਲੈ ਲੈਣੀ ਹੈ? ਕੱਲ੍ਹ ਨੂੰ ਅਸੀਂ ਤਾਂ ਕਾਮ ਬੂਥ ਲੈਵਲ ਦੇ ਵਰਕਰ ਹਾਂ ਕਾਂਗਰਸ ਪਾਰਟੀ, ਪਰੰਤੂ ਹਰ ਪੁਆਇੰਟ ਦੇ ਉੱਤੇ ਸਾਨੂੰ ਪਿੱਛੇ ਧੱਕਣ ਦੀ ਕੋਸ਼ਿਸ਼। ਕੀ ਲੱਗਦਾ ਬਾਈ, ਜਿਹੜੇ ਨਵੇਂ ਕਾਨੂੰਨ ਆਏ ਆ ਉਸ ਦੇ ਨਾਲ ਕੋਈ ਫਾਇਦਾ ਹੋਣਾ ਹੈ ਗੈਂਗਸਟਰਵਾਦ? ਦੇਖੋ ਜੀ, ਫਾਇਦਾ ਹੋਣਾ ਚਾਹੀਦਾ, ਮੈਂ ਕਹਿੰਦਾ ਵੀ ਕਾਨੂੰਨ ਬਣਾਏ ਆ, ਚੰਗੀ ਗੱਲ ਆ, ਮੈਂ ਸਵਾਗਤ ਕਰਦਾ ਉਸ ਗੱਲ ਦਾ। ਮੈਂ ਕਹਿੰਦਾ ਵੀ ਕਾਨੂੰਨ ਦੇ ਪਿੱਛੇ ਜੇ ਤੁਹਾਡੀ ਮਨਸ਼ਾ ਸਹੀ ਹੈ, ਕਾਨੂੰਨ ਤਾਂ ਪਹਿਲਾਂ ਵੀ ਕੋਈ ਘੱਟ ਨਹੀਂ ਸੀ, ਚਲੋ ਤੁਸੀਂ ਉਹਦੇ 'ਚ ਕੋਈ 19 ਸੁਧਾਰ ਕੀਤਾ, ਵਧੀਆ ਗੱਲ ਹੈ, ਜਾਂ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਤੁਹਾਨੂੰ ਲੱਗਦਾ ਵੀ ਇਹਦੇ 'ਚ ਅਮੈਂਡਮੈਂਟ ਹੋਣੀ ਚਾਹੀਦੀ ਹੈ, ਤੁਸੀਂ ਕੀਤੀ ਹੈ, ਵਧੀਆ ਗੱਲ ਹੈ। ਪਰੰਤੂ ਕੀ ਲਾਰੈਂਸ ਨੂੰ ਗੁਜਰਾਤ 'ਚੋਂ ਹਟਾ ਕੇ ਉਸ ਸਟੇਟ ਨੂੰ ਸੌਂਪ ਦਿਓਗੇ ਜਿੱਥੇ ਉਹਦੇ 'ਤੇ ਮੁਕੱਦਮੇ ਚੱਲਦੇ ਨੇ? ਕੀ ਧਮਕੀਆਂ ਦਾ ਦੌਰ ਬੰਦ ਹੋ ਜਾਊਗਾ? ਕੀ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਫੋਨ ਤੁਸੀਂ ਬੰਦ ਕਰ ਦਿਓਗੇ? ਤੁਸੀਂ ਕੀ ਜਿਹੜੀ ਵੀਡੀਓ ਦੇ ਦੋਸ਼ੀਆਂ ਦੇ ਖਿਲਾਫ FIR ਅਣਪਛਾਤਿਆਂ ਦੇ ਖਿਲਾਫ ਤੁਸੀਂ ਦਰਜ ਕੀਤੀ ਹੈ, ਕੀ ਉਹਨਾਂ ਦੇ ਨਾਮ ਨੋਮੀਨੇਟ ਕਰ ਦਿਓਗੇ ਉਹਦੇ ਵਿੱਚ? ਮਨਸ਼ਾ ਦੀ ਗੱਲ ਹੈ ਇਸ ਦੇ ਉੱਤੇ, ਜਦੋਂ ਤੁਸੀਂ ਉਹਦੇ ਕਰਨਾ ਹੀ ਨਹੀਂ, ਫਿਰ ਕਾਨੂੰਨ ਕਿੰਨਾ ਵੀ ਸਖਤ ਬਣਾ ਲਓ, ਕਾਨੂੰਨ ਆਖਰ ਨੂੰ ਲਾਗੂ ਤਾਂ ਸਰਕਾਰਾਂ ਨੇ ਕਰਨਾ ਹੈ ਸਾਰੀਆਂ ਨੇ, ਜੇ ਸਰਕਾਰ ਦੀ ਮਨਸ਼ਾ ਸਹੀ ਨਹੀਂ ਤਾਂ ਕਿੱਦਾਂ ਲਾਗੂ ਹੋਣਗੇ? ਸਾਨੂੰ ਇਹ ਖਰਚਾ ਹੈ, ਕਾਨੂੰਨ ਬਿਲਕੁਲ ਸਹੀ ਹੈ, ਕਾਨੂੰਨ ਸੰਵਿਧਾਨ ਤਾਂ ਸਾਡਾ ਪਹਿਲਾਂ ਵੀ ਕੋਈ ਅਸੀਂ ਉਹਦੇ ਇਹੋ ਜਿਹਾ ਕਾਨੂੰਨ ਨਹੀਂ ਹੈ ਵੀ ਜਿਹੜਾ ਨਾਗਰਿਕਤਾ ਦੀ ਰੱਖਿਆ ਨਾ ਕਰਦਾ ਹੋਵੇ, ਪਰੰਤੂ ਰੌਲਾ ਤਾਂ ਇਸ ਗੱਲ ਨੂੰ ਵਰਤੇ ਕੌਣ? ਭਾਈ ਕੇਸ ਹੁਣ ਗਵਾਹੀਆਂ 'ਤੇ ਲੱਗ ਗਿਆ, ਲਗਾਤਾਰ ਹੁਣ ਸੁਣਵਾਈ ਹੋਣੀ ਹੈ, ਆਸ ਬੱਝੀ ਹੈ ਕੋਈ? ਦੇਖੋ, ਜ਼ਿੰਦਗੀ ਆਸ ਦੇ ਸਹਾਰੇ ਚੱਲਦੀ ਹੈ, ਉਮੀਦ ਤਾਂ ਰੱਖਾਂਗੇ ਹਰ ਤੱਕ, ਔਰ ਲੜਾਂਗੇ ਵੀ ਆਖਿਰ ਤੱਕ। ਅੱਗੇ ਅਦਾਲਤਾਂ ਤੋਂ ਉੱਪਰ ਇੱਕ ਹੋਰ ਅਦਾਲਤ ਹੈ ਜਿਹੜੀ ਅਕਾਲ ਪੁਰਖ ਦੀ ਹੈ, ਉਹਦੇ 'ਤੇ ਉਮੀਦਾਂ ਨੇ, ਕੁਛ ਉੱਥੋਂ ਫੈਸਲਾ ਹੱਕ 'ਚ ਹੋਊਗਾ, ਅਤੇ ਕੋਈ ਗੱਲ ਨਹੀਂ, ਲੜਾਂਗੇ, ਜਿੱਤਾਂਗੇ ਵੀ, ਕੋਈ ਗੱਲ ਨਹੀਂ।